ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਰ ਸੰਧੂ ਬੁਟੀਕ ਐਂਡ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ, ਹੈ ਨਾ, ਮੇਰੀਆਂ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਸੀਗੇ ਕਿ ਬੋਟ ਨੈਕ ਦੀ ਕਟਿੰਗ ਅਤੇ ਸਟਿਚਿੰਗ ਦੱਸੋ, ਕਿਉਂਕਿ 2-3 ਸਾਲ ਹੋ ਗਏ ਜੀ। ਪਹਿਲਾਂ ਜਿਹੜਾ ਹੈਗਾ ਬੋਟ ਨੈਕ ਦਾ ਬਹੁਤ ਜ਼ਿਆਦਾ ਟ੍ਰੈਂਡ ਸੀਗਾ, ਅਤੇ ਹੁਣ ਵੀ ਚਲੋ ਜਿਹੜੀਆਂ ਭੈਣਾਂ ਉਹ ਵਾਲਾ ਗਲਾ ਪਾਉਂਦੀਆਂ ਨੇ ਉਹ ਉਵੇਂ ਹੀ ਬਣਵਾਉਂਦੀਆਂ ਨੇ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਤੁਸੀਂ ਬੁਕਰਮ 'ਤੇ ਜਿਹੜਾ ਹੈਗਾ ਕਿਵੇਂ ਕੱਟ ਸਕਦੇ ਹੋ, ਕਿੰਨੀ ਲੰਬਾਈ ਲੈਣੀ ਹੈ, ਕਿੰਨੀ ਚੌੜਾਈ ਲੈਣੀ ਹੈ। ਅੱਜ ਆਪਣੇ ਕੋਲ ਜਿਹੜਾ ਹੈਗਾ ਕੋਟ ਸੈੱਟ ਬਣਨ ਲਈ ਆਇਆ ਸੀਗਾ, ਉਹਦਾ ਆਪਾਂ ਨੇ ਬੋਟ ਨੈਕ ਬਣਾਉਣਾ ਸੀਗਾ, ਉਹ ਆਪਾਂ ਖੁਦ ਬੁਕਰਮ ਤੋਂ ਕੱਟਾਂਗੇ ਵੀ ਕਿੱਦਾਂ ਕੱਟਾਂਗੇ, ਹੈ ਨਾ, ਉਹ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ। ਤੁਸੀਂ ਕਿਵੇਂ ਆਪਦੀ ਮਰਜ਼ੀ ਨਾਲ ਜਿਹੜਾ ਹੈਗਾ ਵੱਧ ਘੱਟ ਚੌੜਾ ਜਾਂ ਡੂੰਘਾ ਜਿੰਨਾ ਮਰਜ਼ੀ ਡੀਪ ਕਰ ਸਕਦੇ ਹੋ। ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਤਾਂ ਕਿ ਜਿਹੜਾ ਹੈਗਾ ਸਾਨੂੰ ਵੀ ਥੋੜ੍ਹਾ ਜਿਹਾ ਹੌਸਲਾ ਜਿਹਾ ਮਿਲ ਜਾਂਦਾ, ਹੈ ਨਾ। ਸਾਡੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਜੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਆਈਡੀ ਹੈ। ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ, ਆ ਜਾਓ ਫਿਰ ਤੁਹਾਨੂੰ ਸਮਝਾਉਂਦੇ ਆ ਸਾਰਾ ਵੀ ਕਿੱਦਾਂ ਕਿੱਦਾਂ ਤੁਸੀਂ ਇਹਦੀ ਕਟਿੰਗ ਅਤੇ ਸਟਿਚਿੰਗ ਕਰ ਸਕਦੇ ਹੋ। ਹੁਣ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਬੋਟ ਨੈਕ ਦੀ ਵੀਡੀਓ ਸ਼ੇਅਰ ਕਰਾਂਗੇ ਜੀ, ਵੀ ਜਿਹੜਾ ਹੈਗਾ ਬਹੁਤ ਭੈਣਾਂ ਦੇ ਕਾਫੀ ਟਾਈਮ ਦੇ ਕਮੈਂਟ ਆਉਂਦੇ ਸੀਗੇ ਕਿ ਬੋਟ ਨੈਕ ਦੀ ਕਟਿੰਗ ਜਾਂ ਸਟਿਚਿੰਗ ਦੱਸੋ। ਆਪਾਂ ਜਿਹੜੀ ਅੱਜ ਕਟਿੰਗ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ, ਸਟਿਚਿੰਗ ਵੀ ਸ਼ੇਅਰ ਕਰਾਂਗੇ। ਆਹ ਦੇਖੋ ਬੋਟ ਨੈਕ ਆਪਾਂ ਕਿੱਦਾਂ ਬਣਾਉਣਾ ਹੈ, ਮੈਂ ਤੁਹਾਨੂੰ ਬਣਿਆ ਹੋਇਆ ਦਿਖਾਉਣੀ ਆ। ਆਹ ਦੇਖੋ ਇਸ ਤਰ੍ਹਾਂ ਬਣਾਉਣਾ ਹੈ ਆਪਾਂ ਨੇ। ਇਹ ਜਿਹੜਾ ਹੈਗਾ ਕੋਟ ਸੈੱਟ ਬਣਾਇਆ ਮੈਂ, ਇਹਦਾ ਗਲਾ ਆਪਾਂ ਨੇ ਜਿੱਦਾਂ ਦੀ ਉਹਨਾਂ ਨੇ ਆਪਾਂ ਨੂੰ ਫੋਟੋ ਦਿੱਤੀ ਸੀਗੀ, ਹੈ ਨਾ, ਆਪਾਂ ਉਸ ਤਰ੍ਹਾਂ ਜਿਹੜਾ ਹੈਗਾ ਆਹ ਦੇਖੋ ਬੋਟ ਨੈਕ ਗਲਾ ਬਣਾਇਆ ਇੱਥੇ ਕੱਟ ਪਾ ਕੇ। ਆਹ ਦੇਖੋ ਤਰਪਾਈ ਵਗੈਰਾ ਹੋਊਗੀ, ਹਜੇ ਸਟਿੱਚ ਜਿਹੜੀ ਹੈਗੀ ਦੇੜਨ ਵਾਲੀ ਹੈ, ਜਿਹੜੀ ਰਾਫ ਸਟਿੱਚ ਹੁੰਦੀ ਹੈ ਕੱਚੀ ਸਿਰੋਣੇ ਦੇੜਨ ਵਾਲੀ ਹੈ। ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਇਹ ਗਲੇ ਦੀ ਹੁਣ ਆਪਾਂ ਤੁਹਾਨੂੰ ਕਟਿੰਗ ਦੱਸਦੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਕਟਿੰਗ ਅਤੇ ਸਟਿਚਿੰਗ ਕਰ ਸਕਦੇ ਹੋ ਜੀ। ਆਹ ਦੇਖੋ ਇੱਕ ਅਸੀਂ ਬਣਾ ਤਾ, ਇੱਕ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਆਪਾਂ ਤੁਹਾਨੂੰ ਕੋਟ ਸੈੱਟ ਰੈਡੀ ਹੋਏ ਹੋਏ ਵੀ ਦਿਖਾਵਾਂਗੇ ਜੀ, ਤਿਆਰ ਹੋਏ ਹੋਏ। ਆਹ ਦੇਖੋ ਹੁਣ ਆਪਾਂ ਨੇ ਇਹ ਮੇਰੇ ਕੋਲ ਬੁਕਰਮ ਲੈਤੀ ਹੋਈ ਹੈ, ਇਸ ਤਰ੍ਹਾਂ ਤੁਸੀਂ ਬੁਕਰਮ ਲੈ ਲਓ, ਵਧੀਆ ਕੁਆਲਿਟੀ ਦੀ ਬੁਕਰਮ ਹੈਗੀ ਹੈ, ਬਾਜ਼ਾਰ 'ਚੋਂ ਮਿਲ ਜਾਂਦੀ ਹੈ ਆਰਾਮ ਨਾਲ, ਮੀਟਰ ਦੇ ਹਿਸਾਬ ਨਾਲ ਵੀ ਮਿਲ ਜਾਂਦੀ, ਅੱਧਾ ਮੀਟਰ ਵੀ ਮਿਲ ਜਾਂਦੀ ਹੈ, ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ। ਅਤੇ ਇਹਦੇ ਤੋਂ ਤੁਸੀਂ ਆਪਦੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਡਿਜ਼ਾਇਨ ਗਲਾ ਕੱਟ ਸਕਦੇ ਹੋ ਜਿੱਦਾਂ ਦਾ ਮਰਜ਼ੀ। ਅਤੇ ਵੈਸੇ ਤਾਂ ਬੋਟ ਨੈਕ ਗਲੇ ਬਣੇ ਬਣਾਏ ਆਉਂਦੇ ਆ ਆਪਣੇ ਕੋਲ, ਉਹ ਵੀ ਹੈਗੇ ਆ, ਕਿਉਂਕਿ ਆਪਾਂ ਨੇ ਕੱਟ ਵਾਲਾ ਬਣਾਉਣਾ ਸੀਗਾ ਤਾਂ ਕਰਕੇ ਜਿਹੜਾ ਕੱਟ ਵਾਲਾ ਬਣਾਉਣਾ ਸੀਗਾ ਉਹ ਫਿਰ ਇਹ ਤੋਂ ਹੀ ਕੱਟਣਾ ਪੈਣਾ ਸੀਗਾ। ਆਹ ਦੇਖੋ ਵੈਸੇ ਤਾਂ ਜਿਹੜੇ ਹੈਗੇ ਇਹ ਵਾਲੇ ਮਿਲਦੇ ਆ ਜੀ ਬਣੇ ਬਣਾਏ ਗਲੇ। ਆਹ ਦੇਖੋ ਇਹਦੀ ਥੋੜ੍ਹੀ ਜਿਹੀ ਸ਼ੇਪ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦੀ, ਇੱਧਰੋਂ ਜ਼ਿਆਦਾ ਚੌੜਾ ਹੈ, ਨੀਚੇ ਥੋੜ੍ਹਾ ਜ਼ਿਆਦਾ ਡੂੰਘਾ ਹੁੰਦਾ ਹੈਗਾ, ਇੱਕੋ ਲਾਸਤ ਜਿਹੜੀ ਹੈਗੀ ਡੂੰਘਾਈ ਵੀ ਜ਼ਿਆਦਾ ਕਰੀ ਪਈ ਆ। ਹੁਣ ਦੇਖੋ ਆਪਾਂ ਨੇ ਕੀ ਕਰੇ ਆ, ਇੱਧਰੋਂ ਆਪਾਂ ਨੇ 5 ਇੰਚ ਕੱਪੜਾ ਬੁਕਰਮ ਜਿਹੜੀ 5 ਇੰਚ 'ਤੇ ਫੋਲਡ ਕਰ ਲਿਆ, ਦੇਖੋ 5 ਇੰਚ ਫੋਲਡ ਕਰ ਲਿਆ, ਕਿਉਂਕਿ 4 ਇੰਚ ਆਪਾਂ ਜਿਹੜੀ ਇਹਦੀ ਚੌੜਾਈ ਲਾਉਣੀ ਹੈ ਜੀ। ਆਹ ਦੇਖੋ 4 ਇੰਚ ਆਪਾਂ ਨੇ ਚੌੜਾਈ ਲਾਉਣੀ ਹੈ, 4 ਇੰਚ ਹੀ ਲੰਬਾਈ ਲਾਵਾਂਗੇ, 4 ਇੰਚ ਚੌੜਾਈ ਲਾ ਕੇ 4 ਇੰਚ ਲੰਬਾਈ ਲਾ ਕੇ ਇਹਦਾ ਇੱਕ ਬੋਕਸ ਤਿਆਰ ਕਰ ਲਾਂਗੇ ਆਪਾਂ। ਆਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬੋਕਸ ਤਿਆਰ ਕਰ ਲਾਂਗੇ, ਇੱਥੋਂ ਫਿਰ ਆਪਾਂ 4 ਇੰਚ 'ਤੇ, ਆਹ ਦੇਖੋ ਇਸ ਤਰ੍ਹਾਂ, ਫਿਰ ਆਪਾਂ ਇੱਥੋਂ ਜਿਹੜੀ ਹੈਗੀ ਗੁਲਾਈ ਦੇ ਦਾਂਗੇ। ਆਹ ਦੇਖੋ ਇਸ ਤਰ੍ਹਾਂ ਗੁਲਾਈ ਦੇ ਤੀ, ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ, ਅੱਧਾ ਇੰਚ ਦਾ ਨਿਸ਼ਾਨ ਇੱਥੋਂ ਲਾਉਣਾ,
ਆ ਦੇਖੋ ਅੱਧਾ ਇੰਚ ਦਾ ਨਿਸ਼ਾਨ ਲਾ ਲਿਆ ਆਪਾਂ ਨੇ, ਅੱਧਾ ਇੰਚ ਦਾ ਇੱਥੋਂ ਲਾ ਲਿਆ, ਇੱਕ ਇੰਚ ਦਾ ਆਪਾਂ ਨੀਚੇ ਨੂੰ ਲਾ ਲਾਂਗੇ। ਇਹਨੂੰ ਜਿਹੜਾ ਹੈਗਾ ਆਪਸ ਵਿੱਚ ਮਿਲਾ ਦਾਂਗੇ। ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਇਹ ਨਿਸ਼ਾਨ ਹੋ ਗਿਆ। ਇਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਆਪਦਾ ਕੱਟ ਕੇ ਗਲਾ ਪਾ ਸਕਦੇ ਹੋ। ਇਹ ਜਿੱਦਾਂ ਬੜਾ ਗਲਾ ਬਣਾ ਕੇ ਤੁਸੀਂ ਉਹ 'ਤੇ ਵੀ ਕੱਟ ਪਾ ਕੇ ਪਾ ਸਕਦੇ ਹੋ। ਇਹ ਨੀਚੇ ਜਿਹੜਾ ਆਪਾਂ ਇਹ ਕੱਟ ਪਾਉਣੇ, ਇਹਦੇ ਵਿੱਚ ਡਿਜ਼ਾਇਨ ਬਣ ਜਾਂਦਾ, ਬਹੁਤ ਸੋਹਣਾ ਡਿਜ਼ਾਇਨ ਬਣਦਾ। ਉਹ ਵੀ ਆਪਾਂ ਤੁਹਾਡੇ ਨਾਲ ਇੱਕ ਦਿਨ ਜ਼ਰੂਰ ਸ਼ੇਅਰ ਕਰਾਂਗੇ। ਜਿੱਦਾਂ ਤੁਹਾਡਾ ਮੈਚਿੰਗ ਸੂਟ ਹੈ, ਹੈ ਨਾ, ਉਹਦਾ ਬੜਾ ਵਧੀਆ ਡਿਜ਼ਾਇਨ ਬਣਦਾ। ਸਲਵਾਰ ਨਾਲ ਦਾ ਜਿਹੜਾ ਹੈਗਾ ਕੱਪੜਾ ਪੈ ਕੇ ਡਿਜ਼ਾਇਨ ਬਣ ਜਾਂਦਾ। ਦੇਖੋ ਪਹਿਲਾਂ ਆਪਾਂ ਨੇ ਕੀ ਕਰਨਾ, ਇਹ ਵਾਲਾ ਸਿੰਪਲ ਲਾਉਣਾ ਹੈ। ਫਿਰ ਜਿਹੜਾ ਇਹ ਗਲਾ ਰਹਿ ਗਿਆ ਆਪਾਂ ਇੱਕ ਇੱਕ ਇੰਚ, ਆਹ ਦੇਖੋ ਇੱਧਰੋਂ ਤਾਂ ਇੱਕ ਇੰਚ ਹੀ ਹੈਗਾ, ਸਾਰੇ ਪਾਸਿਓਂ ਆਪਾਂ ਇੱਕ ਇੱਕ ਇੰਚ ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਾ ਲਓ, ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ। ਇੱਥੋਂ ਵੀ ਆਪਾਂ ਜਿਹੜਾ ਹੈਗਾ ਇਹਦੇ ਨੀਚੋਂ ਇੱਕ ਇੰਚ 'ਤੇ ਉਹ ਕਰ ਲਾਂਗੇ। ਆਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਗਲਾ, ਆਹ ਦੇਖੋ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ, ਕਿਉਂਕਿ ਇਹ ਤਾਂ ਆਪਣਾ ਰਾਫ ਹੋ ਗਿਆ, ਇਹ ਤਾਂ ਵਿੱਚੋਂ ਜਿਹੜਾ ਕੱਟਿਆ ਹੋਇਆ ਰਾਫ ਹੋ ਗਿਆ। ਦੇਖੋ ਪਹਿਲਾਂ ਆਪਾਂ ਨੇ ਇਹ ਵਾਲਾ ਵੀ ਕੱਟਿਆ ਸੀ, ਦੋ ਪਏ ਆ ਕਿਉਂਕਿ ਇੱਕ ਉਹ ਬਣਾਇਆ ਸੀਗਾ। ਇਹ ਵੀ ਆਪਾਂ ਵੇਸਟ ਨਹੀਂ ਕਰਦੇ, ਇਹ ਵੀ ਕੰਮ ਆ ਜਾਂਦੀਆਂ ਨੇ। ਜਿੱਦਾਂ ਆਪਾਂ ਨੇ ਕੋਈ ਬਾਹਾਂ ਵਗੈਰਾ ਦਾ ਡਿਜ਼ਾਇਨ ਬਣਾਉਣਾ ਆ, ਹੈ ਨਾ, ਜਾਂ ਬਾਹਾਂ ਦਾ ਬਣਾਉਣਾ, ਜਾਂ ਛੋਟਾ ਮੋਟਾ ਗਲੇ ਦਾ ਡਿਜ਼ਾਇਨ ਬਣਾਉਣਾ, ਉਹਦੇ ਵਿੱਚ ਇਹ ਕੰਮ ਆ ਜਾਂਦੇ ਆ। ਹੁਣ ਆਪਾਂ ਇੱਥੋਂ ਇਹਨੂੰ ਇਸ ਤਰ੍ਹਾਂ ਫੜ ਕੇ ਇਹ ਇਸ ਤਰ੍ਹਾਂ ਜਿਹੜਾ ਆਪਾਂ ਇੱਕ ਇੱਕ ਇੰਚ ਦਾ ਨਿਸ਼ਾਨ ਲਾਇਆ ਉਹ ਤੋਂ ਆਪਾਂ ਜਿਹੜਾ ਹੈਗਾ ਕਟਿੰਗ ਕਰ ਦਾਂਗੇ। ਦੇਖੋ ਇਹ ਆਪਾਂ ਨੇ ਕਟਿੰਗ ਕਰਤਾ, ਹੁਣ ਆਪਾਂ ਨੇ ਕੀ ਕਰਨਾ ਜੀ, ਇਹ ਵਾਲਾ ਜਿਹੜਾ ਨਿਸ਼ਾਨ ਲਾਇਆ ਸੀ ਇਹ ਵਾਲਾ ਕਟਿੰਗ ਕਰ ਦਾਂਗੇ। ਦੇਖੋ ਇਸ ਤਰ੍ਹਾਂ ਜਿਹੜਾ ਹੈਗਾ, ਆਹ ਦੇਖੋ ਤੁਹਾਡਾ ਗਲਾ ਕੱਟਿਆ ਜਾਏਗਾ, ਇਸ ਤਰ੍ਹਾਂ ਆਪਣਾ ਜਿਹੜਾ ਹੈਗਾ ਗਲਾ ਕੱਟਿਆ ਗਿਆ। ਆਹ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈ, ਗਲੇ ਨੂੰ ਲੀਰ 'ਤੇ ਕਿੱਦਾਂ ਲਾਉਣਾ ਆ ਉਹ ਵੀ ਆਪਾਂ ਦੱਸਦੇ ਹਾਂ ਤੁਹਾਨੂੰ। ਆਹ ਦੇਖੋ ਹੁਣ ਆਪਣੀ ਪ੍ਰੈੱਸ ਲਾਈ ਹੋਈ ਸੀਗੀ, ਆਹ ਦੇਖੋ ਇੱਕ ਆਪਾਂ ਇਹੋ ਜਿਹਾ ਬਣਾਇਆ, ਇਹ ਸਿੱਧਾ ਪਾਸੇ ਪੁੱਠੇ ਪਾਸੇ ਆਪਣੀ ਪ੍ਰੈੱਸ ਲੱਗੀ ਹੋਈ ਹੈ। ਹੁਣ ਇਹਨੂੰ ਕੀ ਕਰਨਾ ਆ, ਇਸ ਤਰ੍ਹਾਂ ਸੈੱਟ ਕਰਕੇ ਰੱਖ ਲਓ। ਪਹਿਲਾਂ ਆਪਾਂ ਇੱਕ ਪਾਸਾ ਖੜਾ ਲਾਂਗੇ, ਇਹਨੇ ਆਪਣੇ ਆਪ ਹੀ ਸੈੱਟ ਹੋ ਜਾਣਾ। ਇਸ ਤਰ੍ਹਾਂ ਇਹਨੂੰ ਆਪਾਂ ਪ੍ਰੈੱਸ ਨਾਲ ਜਿਹੜਾ ਹੈਗਾ ਲਾ ਲਾਂਗੇ। ਆਪਾਂ ਇੰਨਾ ਇੰਨਾ ਕੁ ਥੋੜ੍ਹਾ ਥੋੜ੍ਹਾ ਕੱਪੜਾ, ਅੱਧਾ ਅੱਧਾ ਇੰਚ ਆਲੇ ਦੁਆਲੇ ਕੱਪੜਾ ਰੱਖ ਕੇ ਬਾਕੀ ਕੱਪੜੇ ਦੀ ਜਿਹੜੀ ਹੈਗੀ ਕਟਿੰਗ ਕਰ ਦਾਂਗੇ। ਇਹਦੀ ਆਪਾਂ ਕਟਿੰਗ ਕਰ ਦਾਂਗੇ, ਇੱਥੋਂ ਜਿਹੜਾ ਬਰਾਬਰ ਕੱਟ ਲਾਂਗੇ। ਇਹ 'ਚ ਵੀ ਥੋੜ੍ਹਾ ਜਿਹਾ ਕਾਣ ਜਿਹਾ ਹੈਗਾ ਤੀ ਕੱਪੜੇ ਦੇ ਵਿੱਚ। ਹਾਂ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਸੈੱਟ ਕਰ ਲਾਂਗੇ। ਦੇਖੋ ਕਟਿੰਗ ਕਰ ਲਈ, ਹੁਣ ਆਪਾਂ ਇਹਨੂੰ ਇਸ ਤਰ੍ਹਾਂ ਉੱਪਰ ਇਸ ਤਰ੍ਹਾਂ ਇਹਨੂੰ ਫੋਲਡ ਕਰ ਦਾਂਗੇ, ਇੱਧਰੋਂ ਸਿਲਾਈ ਲਾ ਕੇ ਇਸ ਤਰ੍ਹਾਂ ਫੋਲਡ ਕਰ ਦਾਂਗੇ। ਤੁਸੀਂ ਪ੍ਰੈੱਸ ਨਾਲ ਵੀ ਕਰ ਸਕਦੇ ਹੋ, ਆਪਾਂ ਜਿਹੜੇ ਹੈਗੇ ਸਿਲਾਈ ਨਾਲ ਕਰਾਂਗੇ। ਫਿਰ ਇਹਨੂੰ ਅਟੈਚ ਕਿੱਦਾਂ ਕਰਨਾ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ, ਪਿਛਲੇ ਗਲੇ ਦੀ ਕਟਿੰਗ ਕਿੱਦਾਂ ਕਰਨੀ ਹੈ ਇਹਦੇ ਹਿਸਾਬ ਨਾਲ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਆਹ ਦੇਖੋ ਜੀ ਆਪਣਾ ਇਸ ਤਰ੍ਹਾਂ ਜਿਹੜਾ ਹੈਗਾ ਮੂਹਰਲਾ ਗਲਾ ਬਣ ਕੇ ਤਿਆਰ ਹੋ ਗਿਆ। ਉੱਪਰ ਆਪਾਂ ਨੇ ਮੋੜ ਕੇ ਜਿਹੜੀ ਕੱਚੀ ਸਿਲਾਈ ਲਾਤੀ, ਕਿਉਂਕਿ ਫਿਰ ਜਦੋਂ ਇਹ 'ਤੇ ਤਰਪਾਈ ਵਗੈਰਾ ਹੋਊਗੀ, ਦੇਖੋ ਫਿਰ ਉਧੇੜ ਦਾਂਗੇ ਇੱਥੇ ਤਰਪਾਈ ਹੋ ਜੂਗੀ। ਅਤੇ ਹੁਣ ਆਪਾਂ ਜਿਹੜਾ ਪਿਛਲਾ ਗਲਾ ਕੱਟਣਾ ਆ ਉਹ ਕਿੱਦਾਂ ਕੱਟਣਾ, ਹੈ ਨਾ, ਹੁਣ ਆਪਾਂ ਉਹ ਦੱਸਦੇ ਹਾਂ ਤੁਹਾਨੂੰ। ਆਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇੱਥੋਂ ਆਪਾਂ ਮਿਣ ਕੇ ਰੱਖ ਲਾਂਗੇ ਤੀਰੇ ਦੀ ਸਿਲਾਈ ਦੇ ਨਾਲ। ਆਹ ਦੇਖੋ
ਤੀਰੇ ਦੀ ਸਿਲਾਈ ਦੇ ਨਾਲ ਮਿਣ ਕੇ ਰੱਖ ਲਿਆ। ਇੱਥੋਂ ਆਪਾਂ ਸਿਲਾਈ ਜੋਗਰਾ ਕੱਪੜਾ ਛੱਡ ਦਾਂਗੇ। ਆਹ ਦੇਖੋ, ਨਹੀਂ ਤਾਂ ਆਪਾਂ ਇਸ ਤਰ੍ਹਾਂ ਬਰਾਬਰ ਵੀ ਲਾ ਸਕਦੇ ਹਾਂ ਕਿਉਂਕਿ ਇੱਥੇ ਕੱਪੜੇ ਦੇ ਉੱਪਰ ਸਿਲਾਈ ਲੱਗਣੀ ਹੈ। ਆਪਾਂ ਸਿਲਾਈ ਜੋਗਰਾ ਕੱਪੜਾ ਛੱਡ ਕੇ ਨੀਚੇ ਨੂੰ ਜਿਹੜੀ ਹੈਗੀ ਆਪਾਂ ਲੈਂਥ ਲਵਾਂਗੇ 3 ਇੰਚ, ਫਿਰ ਇੱਧਰ ਨੂੰ ਜਿਹੜਾ ਹੈਗਾ 4 ਇੰਚ, ਇਹਦਾ ਬੋਕਸ ਬਣਾ ਲਾਂਗੇ। ਆਹ ਦੇਖੋ, ਇੱਥੋਂ ਤਾਂ ਇਹਦੇ ਹਿਸਾਬ ਨਾਲ ਵੀ ਆ ਜਾਣਾ ਇਹਨੇ, ਇਸ ਤਰ੍ਹਾਂ ਜਿਹੜਾ ਹੈਗਾ, ਕਿਉਂਕਿ ਇਹ ਆਪਣੇ ਕਟਾਈ ਵਾਸਤੇ ਇੰਨਾ ਕੁ ਕੱਪੜੇ ਦੇ ਨਾਲ ਜਿਹੜੀ ਰੇਬਲੀਰ ਲੱਗੂਗੀ ਪਿਛਲੇ ਗਲੇ 'ਤੇ, ਉਹਦੇ ਵਾਸਤੇ ਆਪਾਂ ਨੇ ਇੰਨਾ ਇੰਨਾ ਕੱਪੜਾ ਛੱਡਿਆ। ਆਹ ਦੇਖੋ, ਆਪਾਂ ਇੱਥੋਂ ਜਿਹੜੀ ਹੈਗੀ ਇਸ ਤਰ੍ਹਾਂ ਜਿਹੜਾ ਪਿਛਲਾ ਗਲਾ ਕਟਾਈ ਕਰਾਂਗੇ। ਦੇਖੋ, ਇਹ ਗਲਾ ਕਟਾਈ ਹੋ ਗਿਆ। ਹੁਣ ਇਹ 'ਤੇ ਆਪਾਂ ਰੇਬਲੀਰ ਲਾਵਾਂਗੇ, ਜਿੱਦਾਂ ਇਹਦੇ ਵਿੱਚ ਆਪਾਂ ਨੇ ਬੁਕਰਮ ਦਾ ਗਲਾ ਪਾਇਆ ਕੱਟ ਕੇ, ਇਹਦੇ ਉੱਤੇ ਆਪਾਂ ਰੇਬਲੀਰ ਲਾਵਾਂਗੇ। ਆਹ ਦੇਖੋ, 2 ਰੇਬਲੀਰਾਂ ਕੱਟ ਲਈਆਂ ਮੈਂ। ਆਹ ਦੇਖੋ, ਇਹਦੇ ਵਿੱਚ ਆਪਾਂ ਹੁਣ ਜੋੜ ਲਾ ਲਾਂਗੇ ਪਹਿਲਾਂ ਇਹਨਾਂ ਦਾ ਆਪਸ ਵਿੱਚ ਇਸ ਤਰ੍ਹਾਂ। ਰੇਬਲੀਰ ਆ ਦੇਖੋ, ਰੇਬਲੀਰ ਆਪਾਂ ਕਿੱਦਾਂ ਲਾਉਣੀ ਹੈ, ਇਸ ਤਰ੍ਹਾਂ ਇਹਨੂੰ ਡਬਲ ਕਰੀ ਜਾਣੇ ਗਲੇ ਦੇ ਨਾਲ ਨਾਲ, ਇਸ ਤਰ੍ਹਾਂ ਧਰ ਕੇ ਸਿਲਾਈ ਲਾਈ ਜਾਵਾਂਗੇ। ਇਸ ਤਰ੍ਹਾਂ ਇਹਨੂੰ ਨਾਲ ਦੀ ਨਾਲ ਡਬਲ ਕਰਦੇ ਜਾਵਾਂਗੇ। ਇਹ ਆਪਣੀ ਰੇਬਲੀਰ ਸਾਰੀ ਲੱਗ ਗਈ ਜੀ। ਹੁਣ ਆਪਾਂ ਇਹਨੂੰ ਇਸ ਤਰ੍ਹਾਂ, ਆਹ ਦੇਖੋ, ਕੱਪੜਾ ਵੀ ਇੱਧਰ ਕਰ ਲਾਂਗੇ ਇਸ ਤਰ੍ਹਾਂ ਕਰਕੇ। ਹੁਣ ਆਪਾਂ ਇਹਨੂੰ ਦੱਬ ਵੀ ਦੇਵਾਂਗੇ ਇੱਕ ਵਾਰ, ਇਸ ਤਰ੍ਹਾਂ ਸਾਰੀ ਨੂੰ ਦੱਬ ਵੀ ਦੇਵਾਂਗੇ। ਜਿਹੜੀ ਆਪਾਂ ਇਹ ਸਿਉਣ ਦੱਬਦੇ ਨੇ ਨਾਲ, ਤਾਂ ਇਹਦੇ ਨਾਲ ਤਰਪਾਈ ਬਹੁਤ ਸੋਹਣੀ ਹੋ ਜਾਂਦੀ, ਨਾਲੇ ਲੀਰ ਜਿਹੜੀ ਹੈਗੀ ਆਪਣੇ ਆਪ ਹੀ ਜਿਹੜੀ ਹੈਗੀ ਮੁੜ ਜਾਂਦੀ ਹੈ ਰੇਬ ਲੀਰ। ਆਹ ਦੇਖੋ, ਜਿਹੜਾ ਵਾਧੂ ਕੱਪੜਾ ਉਹਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ। ਆਹ ਦੇਖੋ, ਇਸ ਤਰ੍ਹਾਂ ਮੁੜ ਕੇ ਹੁਣ ਇਹਦੀ ਆਰਾਮ ਨਾਲ ਇਸ ਤਰ੍ਹਾਂ ਸਫਾਈ ਨਾਲ ਤਰਪਾਈ ਹੋਜੂ। ਹੁਣ ਆਪਾਂ ਜਿਹੜੇ ਤੀਰੇ ਜੋੜਨੇ ਆ ਉਹ ਕਿੱਦਾਂ ਜੋੜਨੇ ਆ ਜੀ? ਆਹ ਦੇਖੋ, ਇਹ ਆਪਣਾ ਮੂਹਰਲਾ ਗਲਾ ਤਿਆਰ ਕਰਿਆ ਹੋਇਆ, ਇਹ ਪਿਛਲੇ। ਦੇਖੋ, ਹੁਣ ਆਪਾਂ ਤੀਰਾ ਜਿਹੜਾ ਜੋੜਾਂਗੇ, ਆ ਦੇਖੋ, ਪਹਿਲਾਂ ਇਸ ਤਰ੍ਹਾਂ ਇਹਨੂੰ ਬਰਾਬਰ ਕਰਕੇ ਰੱਖ ਲਾਂਗੇ। ਆਹ ਦੇਖੋ, ਇੱਥੋਂ ਜਿੱਥੇ ਤੱਕ ਆਪਣੀ ਰੇਬਲੀਰ ਲੱਗੀ ਹੋਈ ਹੈ, ਇਹਦੇ ਇਸ ਤਰ੍ਹਾਂ ਬਰਾਬਰ ਕਰਕੇ ਰੱਖ ਦਾਂਗੇ। ਫਿਰ ਆਪਾਂ ਇਹ ਰੇਬਲੀਰ ਹੈ ਜਿਹੜੀ, ਇਹਨੂੰ ਐਂ ਉੱਤੇ ਮੋੜਾਂਗੇ, ਫਿਰ ਇਹ ਡਬਲ ਸਿਲਾਈ ਲਾ ਦਾਂਗੇ ਇਹਦੇ ਉੱਤੇ। ਫਿਰ ਮੈਂ ਤੁਹਾਨੂੰ ਦਿਖਾਊਂ ਵੀ ਕਿੰਨੀ ਵਧੀਆ ਇਹ ਜਿਹੜੀ ਹੈਗੀ, ਨਾਲੇ ਤਾਂ ਸਿਉਣ ਦੱਬੀ ਜਾਂਦੀ ਹੈ ਮੋਢਿਆਂ ਦੀ। ਇੱਥੋਂ ਆਪਾਂ ਡਬਲ ਕਰ ਦਾਂਗੇ। ਆਹ ਦੇਖੋ, ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਇਹ ਸਾਰੀ ਸਿਲਾਈ ਲਾ ਲਾਂਗੇ। ਇੱਧਰਲੀ ਆਪਾਂ ਨੇ ਲਾਤੀ ਜੀ, ਹੁਣ ਇਸ ਤਰ੍ਹਾਂ ਹੀ ਆਪਾਂ ਜਿਹੜੀ ਹੈਗੀ ਦੂਜੇ ਪਾਸੇ ਵਾਲੀ ਲਾ ਲਾਂਗੇ ਜੀ। ਦੇਖੋ, ਇਸ ਤਰ੍ਹਾਂ ਸਿਉਣ ਲਾ ਕੇ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਉੱਪਰ ਫੋਲਡ ਕਰਕੇ ਡਬਲ ਸਿਲਾਈ ਲਾ ਦਾਂਗੇ, ਇਸ ਤਰ੍ਹਾਂ ਬਰਾਬਰ ਕਰਕੇ। ਫਿਰ ਆਪਾਂ ਤੁਹਾਨੂੰ ਸਿੱਧੇ ਕਰਕੇ ਵੀ ਦਿਖਾਉਣੇ ਆ, ਜਿੱਦਾਂ ਤੁਸੀਂ ਸਿੰਪਲ ਸੂਟਾਂ ਦੇ ਗਲੇ ਬਣਾਉਣੇ ਉਹ ਵੀ ਸਿਲਾਈ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ। ਜਿਹੜਾ ਹੈਗਾ ਗਲਾ ਬੜੀ ਵਧੀਆ ਸਫਾਈ ਦੇ ਨਾਲ ਜਿਹੜਾ ਗਲਾ ਲੱਗਦਾ ਆ। ਆਹ ਦੇਖੋ, ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਪਲਟਾ ਕੇ। ਆਹ ਦੇਖੋ, ਹਜੇ ਆਪਣੀ ਸਾਈਡ ਸਿਲਾਈ ਲਾਉਣ ਵਾਲੀ ਹੈ ਨਾ। ਆਹ ਦੇਖੋ, ਇਸ ਤਰ੍ਹਾਂ ਜਿਹੜਾ ਹੈਗਾ ਇਹ ਗਲਾ ਬਣ ਕੇ ਤਿਆਰ ਹੋ ਗਿਆ। ਆਹ ਦੇਖੋ, ਜਿਹੜਾ ਇਹ ਗਲਾ, ਇਹ ਰੇਬਲੀਰ ਜਿਹੜੀ ਆਪਾਂ ਮੋੜ ਕੇ ਲਾਉਣੀ ਆ, ਦੇਖੋ ਇਸ ਤਰ੍ਹਾਂ ਇਹਨੂੰ ਦੱਬ ਲੈਂਦੀ ਹੈ। ਫਿਰ ਜਿਹੜੀ ਨਹੀਂ ਹੈ ਸਿਉਣ, ਖੜੀ ਖੜੀ ਜੀ ਰਹਿੰਦੀ ਹੈ ਜੇ ਸਿੱਧਾ ਕਰਕੇ ਲਾਉਣੇ ਆ। ਆਹ ਦੇਖੋ, ਹੁਣ ਆਰਾਮ ਨਾਲ ਇਹਨੇ ਇਸ ਤਰ੍ਹਾਂ ਇੱਥੋਂ ਆਪਾਂ ਤਰਪਾਈ ਕਰ ਦਾਂਗੇ। ਆਹ ਦੇਖੋ ਜੀ, ਇਸ ਤਰ੍ਹਾਂ ਆਪਣਾ ਗਲਾ ਬਣ ਕੇ ਜਿਹੜਾ ਹੈਗਾ ਤਿਆਰ ਹੋ ਗਿਆ। ਇਹ ਬੋਟ ਨੈਕ ਜਿਹੜਾ ਹੈਗਾ ਗਲਾ ਹੈਗਾ ਆ, ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ। ਪਿਛਲੇ ਗਲੇ ਦੀ ਜਿਹੜੀ ਹੈਗੀ ਤਰਪਾਈ ਹੋ ਜਾਣੀ ਹੈ ਲੀਰ ਮੁੜ ਕੇ। ਦੇਖੋ, ਮੂਹਰਲਾ ਗਲਾ ਆਪਣਾ ਕਿੰਨਾ ਸੋਹਣਾ ਤਿਆਰ ਹੋ ਗਿਆ। ਹਜੇ ਪ੍ਰੈੱਸ ਵਗੈਰਾ ਹੋਊਗੀ, ਹੈ ਨਾ, ਜਦੋਂ ਸਾਰਾ ਤਿਆਰ ਹੋ ਗਿਆ ਆਪਾਂ ਫਿਰ ਵੀ ਤੁਹਾਡੇ ਨਾਲ ਜਿਹੜੀ ਹੈਗੀ ਜਿੱਦਾਂ ਸਿਲਾਈ ਕੀਤੇ ਹੋਏ ਕੱਪੜਿਆਂ ਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਦੇ ਹਾਂ, ਹੈ ਨਾ, ਅਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਕੋਟ ਸੈੱਟ ਹੈਗਾ ਆ,
ਚਲੋ ਜੀ, ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਹੈ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਜਵਾਨ ਜੈ ਕਿਸਾਨ, ਸਦਾ ਖੁਸ਼ ਰਹੋ ਜੀ।